ਬਾਬਾ ਮੋਹਨਦਾਸ ਚੇਤੀ ਜੀ, ਤਾਂ ਉਹਨਾਂ ਦੀ ਨਵੀਂ ਸੋਚ ਦੇਖਣ ਨੂੰ ਮਿਲੀ ਹੈ। ਉਹਨਾਂ ਨੇ ਆਪਣੀ ਮੌਤ ਤੋਂ ਪਹਿਲਾਂ ਹੀ ਆਪਣੀ ਜਿਹੜੀ ਕਬਰ ਬਣਾ ਲਈ ਹੈ। ਡੇਰੇ ਦਾ ਸੰਚਾਲਕ ਹੈ ਜਿਹੜੇ ਗੱਦੀ ਨਸ਼ੀਨ ਨੇ, ਉਹਨਾਂ ਨੇ ਆਪਣੀ ਮੌਤ ਤੋਂ ਪਹਿਲਾਂ ਹੀ ਇੱਕ ਕਬਰ ਬਣਾਈ ਹੈ। ਆਪਦੇ ਹੱਥਾਂ ਨਾਲ, ਆਪਦੇ ਮਨ ਨਾਲ, ਆਪਦੇ ਸ਼ੌਕ ਨਾਲ ਮੈਂ ਤਿਆਰ ਕਰਦਿਆਂ, ਮੈਨੂੰ ਮਰਨ ਤੋਂ ਬਾਅਦ ਵੀ ਮੇਰੀ ਜ਼ਿੰਦਗੀ ਨੂੰ ਸਕੂਨ ਮਿਲੇ। ਤੁਸੀਂ ਉਮਰ ਲੰਬੀ ਬਖਸ਼ਣ ਦੀ ਥਾਂ 'ਤੇ ਤਾਂ ਆਪਦੀ ਕਬਰ ਬਣਾ ਲਈ। ਹਾਂਜੀ ਹਾਂਜੀ, ਇਹੀ ਜਿਹਾ ਗੱਲ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਲੰਮੀ ਉਮਰ ਬਖਸ਼ੀ, ਉਹਦਾ ਜਿਸ ਦਿਨ ਇੱਕ ਚੁਪਕਾ ਬੂੰਦ ਦਾ ਮਾਂ ਦੇ ਪੇਟ ਵਿੱਚ ਜਾਂਦਾ ਅਤੇ ਉਹ ਟਾਈਮ ਦਾ ਉਦੋਂ ਨਿਸ਼ਚਿਤ ਹੋ ਜਾਂਦਾ। ਫਿਰ ਅਰਦਾਸਾਂ ਕਰਨ ਨਾਲ ਤਾਂ ਉਹਦਾ ਲੰਮੀਆਂ ਨਹੀਂ ਹੁੰਦੀਆਂ, ਪਰ ਅਰਦਾਸ ਤਾਂ ਬੰਦਾ ਸਾਰੀ ਉਮਰ ਕਰੀ ਹੋਵੇ ਫਿਰ ਮਰਦਾ ਹੀ ਨਹੀਂ। ਉਹਦੀ ਇੱਕ ਲੜੀ ਹੋਣੀ, ਜਿਉਂ ਮਰਜ਼ੀ ਪਾ ਲਓ, ਜਿੱਥੇ ਮਰਜ਼ੀ ਵੇਖ ਲਓ, ਯੂਟਿਊਬ 'ਤੇ ਵੇਖੋ, ਮੇਰੀ 21 ਗੱਦੀ ਸਾਰੇ ਮੇਰੇ ਗੁਰੂ ਗ੍ਰਾਮ ਗੁਰੂ ਦਾਦਾ ਗੁਰੂ ਦਾਦਾ ਸਭ ਦੇ ਨਾਂ ਬਾਬਾ ਫਰੀਦ ਤੱਕ ਜਾ ਕੇ ਮੇਰੇ 'ਤੇ ਆ ਕੇ ਰੁਕ ਜਾਂਦੇ ਆ। ਇੰਟਰਨੈਸ਼ਨਲ ਸੰਤ ਸਮਾਜ ਸਾਰੇ ਦੇਸ਼ਾਂ ਦੀ ਪਜਦ ਬਣੀ ਆ, ਉਹਦਾ ਮੈਂ ਮੈਂਬਰ ਹਾਂ। ਇੰਡੀਅਨ ਭਗਤ ਸੁਸਾਇਟੀ, ਸਾਡੀ ਬਾਬਿਆਂ ਦੀ ਸੁਸਾਇਟੀ, ਉਹਦਾ ਮੈਂ ਪ੍ਰਧਾਨ। ਅਤੇ ਇੰਨੇ ਲੋਕਾਂ ਨੂੰ ਕਵਰ ਕਰਨ ਵਾਲਾ ਬੰਦਾ, ਇੰਨੇ ਲੋਕਾਂ ਨੂੰ ਗਾਈਡੈਂਸ ਦੇਣ ਵਾਲਾ ਬੰਦਾ ਵੀ ਜੇ ਅਗਲੀ ਗੱਲ ਸੋਚ ਨਹੀਂ ਸਕਦਾ, ਫਿਰ ਸਮਝੋ ਵੀ ਉਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ, ਮੈਂ ਹਾਂ ਗੁਰਜੀਤ ਸਿੰਘ ਰਮਾਣਾ। ਤਾਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਹਰੀਨੋ, ਤਾਂ ਬਾਬਾ ਸ਼ੇਖਪੁਰੀ ਜੀ ਦਾ ਡੇਰਾ ਹੈ। ਤਾਂ ਇੱਥੇ ਜਿਹੜੇ ਗੱਦੀ ਨਸ਼ੀਨ ਨੇ ਬਾਬਾ ਮੋਹਨਦਾਸ ਚੇਤੀ ਜੀ, ਤਾਂ ਉਹਨਾਂ ਦੀ ਨਵੀਂ ਸੋਚ ਦੇਖਣ ਨੂੰ ਮਿਲੀ ਹੈ। ਉਹਨਾਂ ਨੇ ਆਪਣੀ ਮੌਤ ਤੋਂ ਪਹਿਲਾਂ ਹੀ ਆਪਣੀ ਜਿਹੜੀ ਕਬਰ ਬਣਾ ਲਈ ਹੈ। ਤਾਂ ਉਸ ਕਬਰ 'ਤੇ ਅਸੀਂ ਮੌਜੂਦ ਹਾਂ, ਦੇਖ ਸਕਦੇ ਹੋ ਤੁਸੀਂ। ਜਨਤੇ ਚਿਸ਼ਤੀਆਂ ਆਓ ਮੇਰੇ ਪਿਆਰੇ, ਕੱਲ ਕੋ ਹਮ ਜਹਾਂ ਮਿਲੇਂਗੇ, ਬਾਬਾ ਮੋਹਨ ਚੇਤੀ ਜੀ। ਤਾਂ ਤੁਹਾਨੂੰ ਦਰਸ਼ਨ ਕਰਾਉਣੇ ਹੈ ਉਸ ਕਬਰ ਦੀ, ਜੋ ਬਾਬਾ ਜੀ ਵੱਲੋਂ ਪਹਿਲਾਂ ਹੀ ਬਣਾਈ ਗਈ ਹੈ। ਤਾਂ ਬੜੀ ਵੱਡੀ ਗੱਲ ਹੈ ਕਿ ਥਾਂ ਥਾਂ 'ਤੇ ਜਿਹੜੇ ਗੱਦੀ ਨਸ਼ੀਨ ਨੇ ਡੇਰੇ ਚੱਲ ਰਹੇ ਨੇ, ਪਰ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਕਿਸੇ ਗੱਦੀ ਨਸ਼ੀਨ ਬਾਬੇ ਨੇ ਆਪਣੇ ਜਾਣ ਤੋਂ ਪਹਿਲਾਂ, ਆਪਣੀ ਮੌਤ ਤੋਂ ਪਹਿਲਾਂ ਹੀ ਜਿਹੜੀ ਕਬਰ ਬਣਾ ਲਈ ਗਈ ਹੈ। ਬਾਬਾ ਮੋਹਨ ਚੇਤੀ ਜੀ ਸਾਡੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਬਾਬਾ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ, ਪਹਿਲੀ ਵਾਰ ਇਹ ਗੱਲ ਸਾਹਮਣੇ ਆਈ ਹੈ, ਦੇਖਣ ਨੂੰ ਮਿਲੀ ਹੈ ਕਿ ਡੇਰੇ ਦਾ ਸੰਚਾਲਕ ਹੈ ਜਿਹੜੇ ਗੱਦੀ ਨਸ਼ੀਨ ਨੇ, ਉਹਨਾਂ ਨੇ ਆਪਣੀ ਮੌਤ ਤੋਂ ਪਹਿਲਾਂ ਹੀ ਇੱਕ ਕਬਰ ਬਣਾਈ ਹੈ। ਫੀਸਾਂ ਲਿਖਦੇ ਆ, ਜੇ ਤੂੰ ਅਟਲ ਲਤੀਫ ਹੈ, ਬੜਾ ਸਿਆਣਾ ਕਾਲੇ ਲਿਖਣਾ ਲੇ, ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਵੇਖ, ਕਹਿੰਦਾ ਕਹਿੰਦਾ ਲੋਕਾਂ ਤੋਂ ਧਿਆਨ ਕੱਢ ਕੇ ਦੁਨੀਆਂ ਦੇ ਰਜੇਵਿਆਂ ਚੋਂ ਨਿਕਲ ਕੇ ਆਪਦੀ ਬੁੱਕਲ ਵੱਲ ਵੇਖ, ਤੂੰ ਇੱਥੇ ਕੀ ਕਰਨਾ, ਤੇਰੀ ਮੰਜ਼ਿਲ ਕੀ ਆ। ਇਹ ਜਿਹੜੇ ਲੋਕ ਆ, ਜਿਹੜੀ ਸੰਗਤ ਆ, ਇਹ ਆਉਂਦੀ ਆ, ਮੈਂ ਕਹਾਂ ਮੇਰੇ 'ਚ ਕੋਈ ਹਸਤੀ ਆ, ਸ਼ਕਤੀ ਕੋਈ ਸ਼ਕਤੀ ਨਹੀਂ, ਕੋਈ ਹਸਤੀ ਨਹੀਂ, ਅਸੀਂ ਉਹ ਆਉਂਦੇ ਹਾਂ। ਉਹਨਾਂ ਦੁਆਵਾਂ ਦੀ ਝੋਲੀ ਭਰ ਕੇ ਬਾਬਾ ਫਰੀਦ ਸਾਹਿਬ ਦੇ ਪੇਸ਼ ਹੋ ਗਏ, ਲਖੀਰਾਂ ਕੱਢ ਕੇ ਉਹਦੇ ਅੱਗੇ ਦੁਆ ਕਰਦੇ ਹਾਂ।
ਇਹ ਜਿਹੜੀ ਭਾਵਨਾ, ਇਹ ਭਾਵਨਾ ਅੱਜ ਤੋਂ 9-10 ਸਾਲ ਪਹਿਲਾਂ ਮੇਰੇ ਮਨ ਨੂੰ ਇੱਕ ਵਲਵਲਾ ਉੱਠਿਆ ਵੀ ਮੈਂ ਮਰ ਗਿਆ, ਸਮਾਂ ਬਦਲਦਾ, ਪੜ੍ਹਾਈ ਦਾ ਯੁੱਗ ਆ, ਫੈਸ਼ਨ ਦਾ ਦੌਰ ਆ, ਕੰਪਿਊਟਰ ਦੀ ਦੁਨੀਆ, ਪਤਾ ਨਹੀਂ ਮੇਰੇ ਮਰਨ ਤੋਂ ਬਾਅਦ ਮੇਰੇ ਬੱਚਿਆਂ ਨੇ ਮੈਨੂੰ ਕਿੱਥੇ ਰੋਲਣਾ, ਅੱਗ ਲਥਾੜਨਾ, ਕੀ ਕਰਨਾ ਕੀ ਨਹੀਂ ਕਰਨਾ। ਅਤੇ ਮੈਂ ਆਪਦੀ ਜ਼ਿੰਦਗੀ ਐਡੀ ਵਧੀਆ, ਐਡੀ ਵਧੀਆ ਢੰਗ, ਸਰਬ ਧਰਮ ਸੰਤ ਸਭਾ ਜਿੰਨੇ ਸੰਤਾਂ ਦੇ ਜਿਹੜੇ ਆ ਉਦਾਸੀਆਂ ਦੇ, ਮੈਂ ਉਹਨਾਂ ਦਾ ਪ੍ਰਧਾਨ ਹਾਂ। ਇੰਟਰਨੈਸ਼ਨਲ ਸੰਤ ਸਮਾਜ ਸਾਰੇ ਦੇਸ਼ਾਂ ਦੀ ਪ੍ਰਜਾ ਬਣੀ ਆ, ਉਹਦਾ ਮੈਂ ਮੈਂਬਰ ਹਾਂ। ਇੰਡੀਅਨ ਭਗਤ ਸੁਸਾਇਟੀ, ਸਾਡੀ ਬਾਬਿਆਂ ਦੀ ਸੁਸਾਇਟੀ, ਉਹਦਾ ਮੈਂ ਪ੍ਰਧਾਨ ਹਾਂ। ਮਤਲਬ ਇੰਨੇ ਲੋਕਾਂ ਨੂੰ ਕਵਰ ਕਰਨ ਵਾਲਾ ਬੰਦਾ, ਇੰਨੇ ਲੋਕਾਂ ਨੂੰ ਗਾਈਡੈਂਸ ਦੇਣ ਵਾਲਾ ਬੰਦਾ ਵੀ ਜੇ ਅਗਲੀ ਗੱਲ ਸੋਚ ਨਹੀਂ ਸਕਦਾ, ਫਿਰ ਸਮਝੋ ਵੀ ਉਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਮੈਂ ਤਾਂ ਇਹੀ ਸੋਚਿਆ ਵੀ ਆਪਦੇ ਹੱਥਾਂ ਨਾਲ, ਆਪਦੇ ਮਨ ਨਾਲ, ਆਪਦੇ ਸ਼ੌਕ ਨਾਲ ਮੈਂ ਤਿਆਰ ਕਰਦਿਆ, ਮੈਨੂੰ ਮਰਨ ਤੋਂ ਬਾਅਦ ਵੀ ਮੇਰੀ ਜ਼ਿੰਦਗੀ ਨੂੰ ਸਕੂਨ ਮਿਲੇ। ਇਹ ਬਣਾਉਣ ਉਪਰੰਤ ਝਗੜਾ ਵੀ ਹੋਇਆ, ਮੇਰੇ ਘਰਦੇ ਵੀ ਗੁੱਸੇ ਹੋਏ, ਬੱਚੇ ਵੀ ਹੋਏ ਵੀ ਤੈਨੂੰ ਮਰਨ ਦਾ ਜਾਤ ਰਿਹਾ। ਮੈਂ ਕਹਿੰਦਾ ਨਹੀਂ, ਮੌਤ ਤਾਂ ਉਹਦੀ ਆਉਣੀ ਜਿੱਦਾਂ ਲਿਖੀ ਆ। ਮੈਂ ਉਸੇ ਗੱਲ 'ਤੇ ਆਉਂਦਾ ਸੀਗਾ, ਕਿਉਂਕਿ ਲੋਕ ਆ ਜਾਂ ਆਮ ਲੋਕ ਆ ਜਾਂ ਜਿਹੜੇ ਬਾਬੇ ਨੇ, ਉਹ ਖੁਦ ਇਹ ਅਰਦਾਸਾਂ ਕਰਦੇ ਨੇ ਆਪਣੇ ਪੁਰਖਿਆਂ ਅੱਗੇ ਕਿ ਸਾਨੂੰ ਲੰਬੀਆਂ ਉਮਰਾਂ ਬਖਸ਼ੋ। ਤੁਸੀਂ ਉਮਰ ਲੰਬੀ ਬਖਸ਼ਣ ਦੀ ਥਾਂ 'ਤੇ ਤਾਂ ਆਪਦੀ ਕਬਰ ਬਣਾ ਲਈ। ਹਾਂਜੀ ਹਾਂਜੀ, ਇਹੀ ਜਿਹਾ ਗੱਲ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਲੰਮੀ ਉਮਰ ਬਖਸ਼ੇ, ਉਹਦਾ ਜਿਸ ਦਿਨ ਇੱਕ ਤੁਪਕਾ ਬੂੰਦ ਦਾ ਮਾਂ ਦੇ ਪੇਟ ਵਿੱਚ ਜਾਂਦਾ ਅਤੇ ਉਹ ਟਾਈਮ ਤਾਂ ਉਦੋਂ ਨਿਸ਼ਚਿਤ ਹੋ ਜਾਂਦਾ। ਫਿਰ ਅਰਦਾਸਾਂ ਕਰਨ ਤਾਂ ਉਹਦਾ ਲੰਮੀਆਂ ਨਹੀਂ ਹੁੰਦੀਆਂ, ਫਿਰ ਅਰਦਾਸ ਤਾਂ ਬੰਦਾ ਸਾਰੀ ਉਮਰ ਕਰੀ ਹੋਵੇ, ਫਿਰ ਮਰਦਾ ਹੀ ਨਹੀਂ। ਬਾਬਾ ਫਰੀਦ ਜੀ ਦੇ ਨਾਂ 'ਤੇ ਤੁਹਾਡਾ ਇਹ ਡੇਰਾ ਬਣਾਇਆ ਗਿਆ ਅਤੇ ਪਤਾ ਲੱਗਿਆ ਕਿ ਤੁਹਾਡੀ ਜਿਹੜੀ ਕੁਰਸੀ ਹੈ, ਜਿਹੜੀ 21ਵੀਂ ਕੁਰਸੀ ਹੈ ਬਾਬਾ ਫਰੀਦ ਜੀ ਤੋਂ ਬਾਅਦ, ਜੇ ਆਪਾਂ ਗੱਲ ਕਰੀਏ ਤਾਂ, ਅਤੇ ਕਿਵੇਂ ਸਾਰਾ ਸਫ਼ਰ ਰਿਹਾ, ਕਦੋਂ ਤੁਸੀਂ ਸ਼ੁਰੂ ਕੀਤਾ? ਬਾਬਾ ਫਰੀਦ ਸਾਹਿਬ ਦੀ ਮਜ਼ਾਰ ਬਣਾਉਣ ਵਾਸਤੇ ਪਾਕਿਸਤਾਨ 'ਚੋਂ ਵੀ ਬੰਦੇ ਆਏ, ਸਾਡੇ 5 ਤਖ਼ਤ ਆ ਜਿਹੜੇ ਫਕੀਰਾਂ ਦੇ, ਉਹਨਾਂ 5 ਤਖ਼ਤਾਂ ਦੇ ਵੀ ਬੰਦੇ ਆਏ। ਫਿਰ ਬਾਬਾ ਫਰੀਦ ਸਾਹਿਬ ਦੀ ਇਹ 21ਵੀਂ ਮਜ਼ਾਰ ਬਣਾਈ ਗਈ ਆ। ਆਪਦੇ ਘਰ ਇੱਟਾਂ ਲਾ ਕੇ ਚਾਦਰ ਪਾ ਕੇ ਬੈਠਣਾ ਵੱਖਰੀ ਗੱਲ ਆ, ਪਰ ਉਹਦਾ ਇੱਕ ਇਤਿਹਾਸ ਹੋਣਾ, ਉਹਦੀ ਇੱਕ ਲੜੀ ਹੋਣੀ। ਜਿਉਂ ਮਰਜ਼ੀ ਪਾ ਲਓ, ਜਿੱਥੇ ਮਰਜ਼ੀ ਵੇਖ ਲਓ, ਯੂਟਿਊਬ 'ਤੇ ਵੇਖੋ, ਮੇਰੀ 21ਵੀਂ ਗੱਦੀ, ਸਾਰੇ ਮੇਰੇ ਗੁਰੂ ਗ੍ਰਾਮ ਗੁਰੂ ਦਾਦਾ ਗੁਰੂ ਦਾਦਾ ਸਭ ਦੇ ਨਾਂ ਬਾਬਾ ਫਰੀਦ ਤੱਕ ਜਾ ਕੇ ਮੇਰੇ 'ਤੇ ਆ ਕੇ ਰੁਕ ਜਾਂਦੇ ਆ। ਐਵੇਂ ਨਹੀਂ ਵੀ ਮੈਂ ਤਾਂ ਜੀ ਫਲਾਨਾ ਫਲਾਨਾ, ਸਾਬਤ ਵੀ ਕਰਨਾ ਪਊਗਾ ਨਾ ਵੀ ਮੈਂ ਫਲਾਨਾ ਹੈ ਕਿਵੇਂ। ਉਹ ਸਾਬਤ ਕਰਨ ਵਾਸਤੇ ਅਸੀਂ ਸਾਹਮਣੇ ਲਿਖ ਕੇ ਵੀ ਲਾਈਆਂ 21 ਗੱਡੀਆਂ, ਅਤੇ ਕਾਲਾਂ ਦੇ ਉੱਤੇ ਵੀ ਛੁਪਾਇਆ ਵੀ ਹਰ ਬੰਦਾ ਨਿਸ਼ਚਿਤ ਹੋ ਕੇ ਉਹ ਵੇਖ ਸਕੇ ਵੀ ਹਕੀਕਤ ਆ ਇਹ ਸ਼ੋਸ਼ੇਬਾਜ਼ੀ। ਪਿਤਾ ਪੁਰਖੀ ਗੱਦੀ ਕਿ ਤੁਸੀਂ ਸ਼ੁਰੂ ਕੀਤੀ ਹੈ? ਨਹੀਂ ਜੀ, ਪਿਤਾ ਪੁਰਖੀ ਨਹੀਂ ਜੀ, ਮੇਰੇ ਪਿਤਾ ਜੀ ਤਾਂ ਪਾਕਿਸਤਾਨ ਅਤੇ ਹਿੰਦੁਸਤਾਨ ਵੱਲੋਂ ਇੱਕ ਸੀ, 86 ਸਾਲ ਦੀ ਮੇਰੀ ਉਮਰ ਆ। ਉਹ ਤਾਂ ਉੱਠਾਂ ਦੇ ਉੱਤੇ ਤੇਲ ਅਤੇ ਘਿਓ ਦਾ ਵਪਾਰ ਕਰਦੇ ਸੀ ਪਾਕਿਸਤਾਨ 'ਚ। ਬਸ ਇਹਦਾ ਮੇਰਾ ਹੀ ਬਸ ਮਨ ਜਮਨ ਸੰਨ 60 ਦੇ ਵਿੱਚ ਮਹਿਸੂਸ ਕੀਤੀ ਆ
ਉਹਦੇ ਬਾਅਦ ਬਸ ਮਾਣੀ ਸੰਗਤ ਹੀ ਆਈ। ਤੁਸੀਂ ਕੀ ਕੰਮ ਕਰਦੇ ਹੁੰਦੇ ਸੀਗੇ ਜਦੋਂ ਤੁਹਾਡੇ 'ਤੇ ਕਿਰਪਾ ਹੋਈ, ਬਾਬਾ ਫਰੀਦ ਦੀ ਆਪਾਂ ਮੰਨ ਸਕਦੇ ਕਿਰਪਾ ਹੋਈ ਕਿ ਤੁਸੀਂ ਉਹਨਾਂ ਦੀ ਜਿਹੜੀ ਗੱਦੀ 'ਤੇ ਤੁਸੀਂ? ਉਦੋਂ ਮੈਂ ਜੀ ਦੁਕਾਨ ਪਾਈ ਸੀ, ਅਸੀਂ ਦੁਕਾਨਦਾਰੀ ਕਰਦੇ ਸੀ। ਉਸ ਤੋਂ ਬਾਅਦ ਫਿਰ ਗੱਦੀ 'ਤੇ ਬੈਠ ਕੇ, ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਸੰਤਾਂ ਨਾਲ ਮੇਲ ਹੁੰਦਾ ਗਿਆ, ਗਾਂਧੀ ਗਾਂ ਹੁੰਦਾ ਗਿਆ, ਮੇਰੇ ਮਨ ਨੇ ਤਸੱਲੀ ਦੀ ਪ੍ਰਗਟਾਈ ਗਈ। ਮੇਰਾ ਮਨ ਨਹੀਂ ਖੜਿਆ, ਬਹੁਤ ਥਾਈ ਗਿਆ, ਪਰ ਜਦੋਂ ਮੈਂ ਸਿੱਖੇ ਹਜ਼ਰਤ ਖਵਾਜਾ ਸ਼ਾਹ ਮੁਹੰਮਦ ਲਾਹੌਰ ਸੀ ਕੌਮ ਦੇ ਮੁਸਲਮਾਨ, ਉਹਨਾਂ ਕੋਲ ਗਿਆ ਅਤੇ ਉੱਥੇ ਮੈਨੂੰ ਕੁਛ ਰੱਬ ਦਾ ਇਸ਼ਾਰਾ ਮਿਲਿਆ ਵੀ ਜੇ ਤੁਹਾਡੀ ਜ਼ਿੰਦਗੀ ਨੂੰ ਪਾਰ ਬਣਾ ਸਕਦਾ ਅਤੇ ਇਹ ਸ਼ਖਸ ਨਹੀਂ ਤਾਂ ਅਸੀਂ ਕਹਿ ਸਕਦੇ ਉਹਨੂੰ, ਇਹ ਸ਼ਖਸ ਨਹੀਂ ਆ ਸਕਦਾ, ਅਸੀਂ ਗੁਰੂ ਨੂੰ ਤਾਂ ਰੱਬ ਹੀ ਸਮਝਦੇ ਹਾਂ। ਕਿਉਂ ਰੱਬ ਦੀ ਪੂਜਾ ਨਹੀਂ ਕੀਤੀ ਜਾਂਦੀ, ਗੁਰੂ ਦੀ ਪੂਜਾ ਕੀਤੀ ਜਾਂਦੀ ਹੈ। ਬਾਬਾ ਜੀ, ਕਿੱਥੋਂ ਕਿੱਥੋਂ ਸੰਗਤਾਂ ਜਿਹੜੀਆਂ ਇੱਥੇ ਪਹੁੰਚਦੀਆਂ ਨੇ, ਔਰ ਸੰਗਤਾਂ ਦੀਆਂ ਕਿਹੜੀਆਂ ਉਹ ਮਨੋਕਾਮਨਾ ਪੂਰੀਆਂ ਹੁੰਦੀਆਂ, ਮੰਨਤਾਂ ਪੂਰੀਆਂ ਹੁੰਦੀਆਂ ਇੱਥੇ? ਮਨੋਕਾਮਨਾ ਹੁਣ ਜੀ ਦੋ ਬੱਚੇ ਹੋਏ ਆ ਅਮਰੀਕਾ 'ਚ, ਕਨੇਡਾ 'ਚ 12 ਸਾਲਾਂ ਬਾਅਦ ਇੱਕ ਮੁੰਡਾ ਅਤੇ ਇੱਕ ਕੁੜੀ, ਜਿਨ੍ਹਾਂ ਨੇ ਅਸੀਂ ਇੱਥੋਂ ਬੈਠਿਆਂ ਨੇ ਜੋ ਚੀਜ਼ ਸਾਡੀ ਸਦਾ ਚੱਲਦੀ ਆ ਪੀਣ ਵਾਸਤੇ, ਉਹ ਟਾਈਮ ਬਾਈ ਟਾਈਮ ਉਹਨਾਂ ਨੂੰ ਪਾਰਸਲ ਕਰਦੇ ਰਹੇ, ਉਹ ਵਰਤਦੇ ਰਹੇ। ਅਤੇ ਬਾਕੀ ਮਨ ਦੀਆਂ ਭਾਵਨਾਵਾਂ ਮੈਂ ਤੁਹਾਨੂੰ ਕਿਹੜੀਆਂ ਕਿਹੜੀਆਂ ਦੱਸਾਂ ਵੀ ਦੁਨੀਆਂ ਦੀ ਹਰ ਸ਼ੈ ਉਸ ਮਾਲਕ ਦੇ ਅੰਡਰ ਆ, ਦੁਨੀਆਂ ਦੀ ਹਰ ਸ਼ੈ ਉਹਦੇ ਕਬਜ਼ੇ 'ਚ ਆ। ਕਿਹੜੀ ਚੀਜ਼ ਆ ਜੇ ਤੁਸੀਂ ਸੱਚੇ ਦਿਲ ਨਾਲ ਮੰਗੋ ਮਿਲ ਨਹੀਂ ਸਕਦੀ, ਪਰ ਮੰਨਣ ਦੇ ਵਿੱਚ ਸ਼ਿਕਾਇਤ ਨਾ ਹੋ। ਬਾਬਾ ਜੀ, ਪਤਾ ਲੱਗਿਆ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ, ਉਹਨਾਂ ਨਾਲ ਵੀ ਤੁਹਾਡੀ ਮਿਲਣੀ ਹੋਈ ਹੈ? ਉਹਨਾਂ ਦੀ ਸਾਨੂੰ ਸਪੈਸ਼ਲ ਚਿੱਠੀ ਆਈ ਸੀ, ਅਸੀਂ ਨਹੀਂ ਦਿਮਾਗ ਰੱਖੀ ਸੀ। ਸਤਨਾਮ ਸਿੰਘ ਯੂਨੀਵਰਸਿਟੀ ਚੰਡੀਗੜ੍ਹ ਦੇ ਜਿਹੜੇ ਮਾਲਕ ਆ, ਉਹਨਾਂ ਨਾਲ ਸਾਡੀ ਮੁਲਾਕਾਤ ਹੋਈ ਸੀ, ਉਹਨਾਂ ਨੇ ਫਿਰ ਇਹ ਸਾਰਾ ਪ੍ਰੋਗਰਾਮ ਰਚਾਇਆ ਸੀਗਾ। ਅਸੀਂ ਇੱਥੋਂ ਗਏ ਹਾਂ ਜੀ ਰੂਬੀ ਡੱਲਾ, ਐਸਪੀ ਵਰਾਏ, ਐਮਪੀ ਉੱਥੋਂ ਦੇ, ਕਾਫੀ ਮਤਲਬ ਚੰਗੇ ਚੰਗੇ ਨਾਮੀ ਲੋਕ ਸੀਗੇ। ਅਤੇ ਅਸੀਂ ਸ਼ਾਮ ਨੂੰ 5 ਵਜੇ ਗੁਜਰਾਤ ਭਵਨ ਜਾ ਕੇ ਠਹਿਰੇ ਹਾਂ। 2 ਬੰਦਿਆਂ ਵਾਸਤੇ ਕਮਰਾ, ਇੱਕ ਨੌਕਰ, ਖਾਣ ਪੀਣ ਦੀ ਗੱਲ ਤਾਂ ਕੀ ਬਣਾਉਣੀ ਆ, ਜਿਹੜੀ ਅਸੀਂ ਕਹਿੰਦੇ ਕਿ ਵੇਖੀ ਨਹੀਂ ਸੀ ਜਾਂਦੀ ਜੀ, ਕਿਉਂ ਗੁਜਰਾਤੀ ਖਾਣੇ ਬਣਾਏ ਸੀ ਉਹਨਾਂ ਨੇ ਹਾਲੇ, ਅਤੇ ਉਹ ਦੱਸੇ ਨਹੀਂ ਜਾ ਸਕਦੇ। ਧਰਤੇ ਜਦੋਂ ਸਾਡਾ ਮੀਟਿੰਗ ਸੀ ਪਹਿਲਾਂ, ਸਾਡੀ ਆਵੀ ਸੀ ਸਾਰਿਆਂ ਦੀ ਵੀ ਆਪਾਂ ਕੀ ਮੰਨਣਾ, ਸੰਤਾਂ ਬਣੀਆਂ, ਮੈਂ ਪ੍ਰਧਾਨ ਸੀ, ਮੈਂ ਕਿਹਾ ਜੀ ਅਸੀਂ ਸੰਤਾਂ ਨੇ ਕੁਛ ਨਹੀਂ ਮੰਨਿਆ, ਇੱਦਾਂ ਕੁੜੀਆਂ ਦੇ ਵਿਆਹ ਕਰਦੇ ਹਾਂ, ਲੰਗਰ ਲਾਉਂਦੇ ਹਾਂ, ਅਸੀਂ ਮੰਗਣ ਥੋੜ੍ਹੋ ਆਏ ਹਾਂ, ਇੱਦਾਂ ਲੋਕਾਂ ਦੀ ਸੇਵਾ ਕੀਤੀ, ਲੋਕਾਂ ਨੂੰ ਮੰਨਦੇ ਹਾਂ, ਅਸੀਂ ਮੰਗਣ ਨਹੀਂ ਆਏ ਗਏ। ਫਿਰ ਤੜਕੇ ਜਦੋਂ ਅਸੀਂ ਗਏ ਹਾਂ, ਉੱਥੇ ਕੋਈ ਐਸੀ ਗੱਲ ਨਹੀਂ ਸੀ ਵੀ ਤੁਹਾਡੀ ਜੀ ਚੈਕਿੰਗ ਆ ਜੀ, ਤੁਹਾਡਾ ਫਲਾਨਾ ਜੀ, ਤੁਸੀਂ ਨਾ ਜਾਂ ਆਰਾਮ ਨਾਲ ਗਏ ਹਾਂ। ਉਹ ਮਸ਼ੀਨ ਜੀ ਲਾਈ ਆ, ਅੰਦਰ ਗਏ ਹਾਂ, ਟੈਂਟ ਲੱਗਿਆ, 80 AC ਲੱਗੇ ਆ, ਆਪਣੇ ਗੁਰੂਆਂ ਦੀਆਂ ਫੋਟੋ ਲੱਗੀਆਂ, ਇੱਕ ਟੇਬਲ ਦੇ ਉੱਤੇ 25-30 ਬੰਨੀਆਂ ਦਾ ਠੰਡਾ ਪਿਆ ਸੀ, ਅਤੇ ਜੋ ਕੁਛ ਖਾਣ ਨੂੰ ਆ, ਤਾਂ ਮੈਂ ਕੋਈ ਚੀਜ਼ ਖਾਂਦਾ ਨਹੀਂ ਬਾਜ਼ਾਰ 'ਚੋਂ ਕੋਈ ਚੀਜ਼। ਬਾਬਾ ਜੀ, ਜਿਵੇਂ ਹੁਣ ਆਪਣੇ ਜ਼ਿਆਦਾਤਰ ਲੋਕਾਂ ਦਾ ਮਾਹੌਲ ਬਣਿਆ ਹੋਇਆ ਵਿਦੇਸ਼ਾਂ ਨੂੰ ਜਾਣ ਲਈ, ਵਿਦੇਸ਼ਾਂ ਨੂੰ ਜਾਣ ਵਾਲੇ ਲੋਕ ਕਾਫੀ ਤੁਹਾਡੇ ਕੋਲ ਇੱਥੇ ਪਹੁੰਚਦੇ ਨੇ, ਕੋਈ ਅਜਿਹਾ ਵੀ ਜਿਹਦਾ ਕੋਈ ਜਮ੍ਹਾਂ ਅੜਿਆ ਜਿਹੜਾ ਸਾਰੇ ਥਾਂ 'ਤੇ ਜਾ ਕੇ
ਤੇ ਤੁਹਾਡੇ ਕੋਲ ਆਇਆ ਕਿ ਮੇਰਾ ਵੀਜ਼ਾ ਨਹੀਂ ਲੱਗਿਆ, ਉਹਦਾ ਵੀਜ਼ਾ ਲੱਗਿਆ ਹੋਵੇ, ਇੱਥੇ ਪਹੁੰਚੇ ਆ, ਕਿਉਂਕਿ ਮੈਂ ਇੱਕ ਨਹੀਂ ਕਹਿ ਸਕਦਾ, ਦੋ ਦਿਨ ਦਾ ਤੁਹਾਡੇ ਹੁੰਦਾ ਹੀ ਉੱਠ ਗਿਆ, ਮੈਂ ਇੱਕ ਨਹੀਂ ਕਹਿ ਸਕਦਾ। ਹਰ ਮੰਗਲ ਵੀਰਵਾਰ ਨੂੰ ਇੱਕ ਅੱਧਾ ਬੱਚਾ ਸਾਡੇ ਕੋਲ ਆਉਂਦਾ ਹੀ ਆਉਂਦਾ ਜਿਹਦਾ ਵੀਜ਼ਾ ਲੱਗ ਕੇ ਆ ਗਿਆ, ਅਤੇ ਮੈਂ ਫਲਾਣੀ ਤਰੀਕ ਨੂੰ ਜਾਣਾ, ਮੈਂ ਵੀ ਕਨੇਡਾ ਜਾ ਰਿਹਾ, 3 ਮਹੀਨੇ ਲਾ ਰਿਹਾ, ਪਰ ਜੋ ਕੁਛ ਹਿੰਦੁਸਤਾਨ ਦਾ ਉਹ ਬਾਹਰ ਗਈ, ਜੋ ਕੁਛ ਸਾਡੇ ਦੇਸ਼ 'ਚ ਨਾ ਪਿਆਰ ਮੁਹੱਬਤ ਇੱਥੋਂ ਵਾਲੀ ਜਿਹੜੀ ਵਾਈਬ੍ਰੇਸ਼ਨ ਆ ਉਹ ਬਾਹਰ ਨਹੀਂ ਮਿਲਦੀ। ਠੀਕ ਆ, ਯੁੱਗ ਹੈਗਾ, ਲੋਕ ਜਾਈ ਜਾਂਦੇ ਆ, ਜਾਈ ਜਾਂਦੇ, ਇਹ ਵੀ ਪਤਾ ਲੱਗਿਆ ਕਿ ਤੁਹਾਡੇ ਪੁੱਤਰ ਅਤੇ ਪੋਤਰੇ ਅਤੇ ਤੁਹਾਡੇ ਚੇਲੇ ਵੀ ਜਿਹੜੇ ਤੁਹਾਡੇ ਨਾਲ ਸਹਿਯੋਗ ਕਰ ਰਹੇ। ਹਾਂਜੀ ਹਾਂਜੀ, ਇਹ ਮੇਰਾ ਪੋਤਾ ਜੀ ਜਿਹੜਾ ਉੱਥੇ ਬੈਠਾ, ਉਹ ਮੇਰਾ ਪੋਤਾ ਜੀ, ਇਹ ਵੀ ਮੇਰਾ ਪੋਤਾ ਜੀ, ਇਹ ਮੇਰਾ ਪੋਤਾ ਜੀ, ਚੰਗੇ ਕੰਮ ਵਾਸਤੇ ਨਾਲ ਲਾਏ ਆ ਜੀ, ਮਾੜੇ ਕੰਮ, ਨਸ਼ਿਆਂ ਤੋਂ ਰਹਿਤ, ਨਸ਼ੇ ਨਹੀਂ ਖਾਣੇ, ਲੜਨਾ ਨਹੀਂ ਕਿਸੇ ਨਾਲ, ਵਾਰਾ ਗਰਦੀ ਨਹੀਂ ਕਰਨੀ, ਆਪਦੇ ਘਰ ਬੈਠੋ, ਰੱਬ ਰੱਬ ਕਰੋ, ਜੈਸੀਆਂ ਰੁੱਖੀਆਂ ਮਿੱਸੀਆਂ ਦੋ ਵੇਲੇ ਮਿਲਦੀਆਂ ਉਹ ਖਾਓ। ਜਿਹੜੇ ਅਜੇ ਵੀ ਡੇਰੇ ਦੇ ਜਿਹੜੇ ਕੁਰਸੀਆਂ 'ਤੇ ਗੱਦੀ ਨਸ਼ੀਨ ਨੇ, ਉਹ ਸੋਚਦੇ ਆ ਕਿ ਸਾਡੀਆਂ ਉਮਰਾਂ ਲੰਬੀਆਂ ਹੋਣ, ਉਹਨਾਂ ਨੂੰ ਕੋਈ ਮੈਸੇਜ? ਉਹਨਾਂ ਨੂੰ ਮੈਸੇਜ ਮੇਰਾ ਤਾਂ ਇੱਕ ਹੀ ਆ ਵੀ ਉਮਰ ਤਾਂ ਉਹਨੇ ਲਿਖਤੀ, ਕੰਮ ਚੰਗੇ ਕਰੋ, ਲੋਕਾਂ ਦੇ ਕੰਮ ਆਓ, ਦੁਖੀਆਂ ਦੀ ਮੈਂ ਦੋ ਕੁੜੀਆਂ ਲਾਉਣਾ ਹਰ ਸਾਲ, ਸਾਡੇ ਪਿੰਡ 'ਚ ਕਿਸੇ ਕੁੜੀ ਦਾ ਵਿਆਹ ਹੋਵੇ 1100 ਰੁਪਇਆ ਅਤੇ ਇੱਕ ਸੂਟ ਦੇ ਕੇ ਆਉਂਦੇ ਹਾਂ, ਕੋਈ ਗਰੀਬ ਗੁਰਬਾ ਆ ਜਾਵੇ ਉਹਦੀ ਸੇਵਾ ਕਰੀ ਦੀ ਆ, ਐਨ ਕਲੋਨੀਆਂ ਕਿਸੇ ਨੇ ਅਸੀਂ ਐਨ ਲਵਾ ਕੇ ਦਿੰਦੇ ਹਾਂ, ਇਹ ਕੰਮ ਕਰਕੇ ਰੱਬ ਤੋਂ ਮੰਗਣ ਕੁਛ ਨਾ ਕੁਛ ਉੱਥੇ ਅੱਗੇ ਵਾਸਤੇ, ਅਤੇ ਉਮਰਾਂ ਦਾ ਜੋ ਲਿਖੀਆਂ ਮੈਂ ਨਹੀਂ ਕਹਿੰਦਾ ਵੀ ਉਹ ਰੋਜ਼ ਲੰਮੀ ਉਮਰ ਦੀ ਦੁਆ ਕਰਿਆ ਕਰਨ, ਅਤੇ ਰੱਬ ਉਹਨਾਂ ਦਾ ਰੋਜ਼ 5-7 ਦਿਨ ਦੇ ਜਾ ਕਰੂਗਾ, ਮੇਰੇ ਮੈਂ ਸਨ 60 ਦਾ ਮੈਡਲ ਤਾਂ ਮੇਰੇ ਦਿਮਾਗ 'ਚ ਨਹੀਂ ਆ ਸੀ। ਬਾਬਾ ਜੀ ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਸੀਂ ਸਾਨੂੰ ਟਾਈਮ ਦਿੱਤਾ, ਸੰਗਤ ਬਹੁਤ ਬੈਠੀ ਹੈ, ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ। ਕੋਈ ਨਹੀਂ, ਵੈਲਕਮ ਜੀ ਆਇਆਂ ਨੂੰ, ਇਹ ਮਾਲਕ ਨੇ ਅੱਜ ਲਿਖਿਆ ਚਾਹ ਪਾਣੀ ਤਾਂ ਆਏ, ਤੁਸੀਂ ਐਵੇਂ ਨਹੀਂ ਆਏ, ਸਾਰਾ ਕੁਛ ਉਹ ਹੀ ਕਰ ਲਿਆ ਉਸ ਕਰ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਬਾਬਾ ਮੋਹਨ ਚੇਤੀ ਜੀ। ਤਾਂ ਪਹਿਲੀ ਵਾਰ ਤੁਸੀਂ ਇਹ ਦੇਖਿਆ ਹੋਣਾ ਹੈ ਕਿ ਇੱਕ ਗੱਦੀ ਨਸ਼ੀਨ ਨੇ, ਬਾਬਾ ਜੀ ਨੇ ਆਪਣੇ ਜਾਣ ਤੋਂ ਪਹਿਲਾਂ, ਆਪਣੀ ਮੌਤ ਤੋਂ ਪਹਿਲਾਂ ਹੀ ਜਿਹੜੀ ਆਪਣੀ ਕਬਰ ਬਣਾ ਲਈ ਹੈ। ਤਾਂ ਬਹੁਤ ਵੱਡੀ ਗੱਲ ਉਹਨਾਂ ਨੇ ਕਹੀ ਹੈ ਕਿ ਜਿਹੜੀਆਂ ਲੰਬੀਆਂ ਉਮਰਾਂ ਉਹਨਾਂ ਵੱਲ ਨਹੀਂ ਸੋਚਣਾ ਚਾਹੀਦਾ, ਆਪਾਂ ਨੂੰ ਆਪਣੀ ਜ਼ਿੰਦਗੀ ਬਾਰੇ ਅਤੇ ਲੋਕਾਂ ਬਾਰੇ ਸੋਚਣਾ ਚਾਹੀਦਾ। ਗੁਰਜੀਤ ਸਿੰਘ ਰਮਾਣਾ, D5 ਚੈਨਲ, ਪੰਜਾਬੀ, ਪਿੰਡ ਹਰੀਨੌ, ਜ਼ਿਲ੍ਹਾ ਫਰੀਦਕੋਟ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।